ਅਸਲਾਮੁਆਲੇਕਮ ਨਾਜ਼ਰੀਨ ਸਜਣੋ ਤੇ ਮਿੱਤਰੋ ਤੁਹਾਡਾ ਵੀਰਾ ਤੁਹਾਡਾ ਮਿੱਤਰ ਸ਼ੌਕਤ ਅਲੀ ਦੋਦੀ ਤੁਹਾਡੀ ਖਿਦਮਤ ਵਿੱਚ ਇੱਕ ਨਵੀਂ ਵੀਡੀਓ ਲੈ ਕੇ حاضر ਹੋਇਆ ਹੈ ਸੁਣਾਓ ਦੋਸਤੋ ਤੁਹਾਡਾ ਕੀ ਹਾਲ ਹੈ ਉਮੀਦ ਕਰਨਾ ਕਿ ਠੀਕ ਠਾਕ ਹੋਵੋਗੇ ਤੇ ਸਾਡਾ ਜਿਹੜਾ ਚੈਨਲ ਹੈ ਨਾ ਇਹਦਾ ਬਈ ਨਾ ਐਸੀਟੀ 457 ਐਂਟਰਟੇਨਮੈਂਟ ਬਈ ਇਹ ਸਾਡਾ ਚੈਨਲ ਜਿਹੜਾ ਹੈ ਨਾ ਜਿਹਨੇ ਵੀ ਤੁਸੀਂ ਵੇਖਣ ਦਾ ਸ਼ੌਕ ਰੱਖਦੇ ਹੋ ਤੇ ਇਹ ਸਾਡੇ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਔਰ ਜਿਹੜਾ ਘੰਟੀ ਦਾ ਬਟਨ ਇਹਨੂੰ ਦਬਾਓਗੇ ਤੇ ਇਹਦੇ ਨਾਲ ਅਸੀਂ ਜਿਹੜੀ ਵੀ ਨਵੀਂ ਵੀਡੀਓ ਬੇਲੀਏ ਦੋਸਤੋ YouTube ਤੇ ਭੇਜਾਂਗੇ ਇਨਸ਼ਾਅੱਲਾ ਤੁਹਾਡੇ ਕੋਲ ਜਾਂ YouTube ਖੋਲੋਗੇ ਤੇ ਪਹਿਲੇ ਹੀ ਆਵੇਗੀ ਤੇ ਇੱਕ ਅੱਜ ਮੈਂ ਤੁਹਾਨੂੰ ਨਾ ਬੜੀ ਮਜ਼ahiya ਇੱਕ ਗੱਲ ਸੁਣਾ ਰਹੀਆਂ ਪੰਜਾਬੀ ਦੀ ਕਿ ਅਜੇਦੋਂ ਕਰੋਨਾ ਦੀ ਵਜ੍ਹਾ ਤੋਂ ਸਕੂਲ ਬੰਦ ਰਹਿਏ ਤੇ ਬੜੇ ਦਿਨਾਂ ਬਾਅਦ ਕਿਹੜੇ ਨਾ ਸਕੂਲ ਖੁੱਲੇ ਤੇ ਇੱਕ ਮੁੰਡਾ ਉਨ ਸਕੂਲ ਜਾਮਨ ਦੀ ਤਿਆਰੀ ਕਰਦਾ ਹੈ ਉਹ ਆਦੀ ਅੰਮੀ ਨੂੰ ਕੀ ਆਖਦਾ ਹੈ ਤੇ ਅੰਮੀ ਉਹਨੂੰ ਕੀ ਉਹਨਾਂ ਦੇ ਦੋਵਾਂ ਦਾ ਤੁਹਾਨੂੰ ਸਵਾਲ ਜਵਾਬ ਸੁਣਾਣਾ ਕਿ ਇੱਕ ਸਕੂਲੀ ਲੜਕਾ ਆਖੇ ਆਪਣੀ ਅੰਮੀ ਤਾਈ ਮੈਂ ਸਕੂਲੇ ਪਹੁੰਚਣਾ ਛੇਤੀ ਅੰਮੀ ਜੀ ਰੋਟੀ ਜਲਦ ਪਕਾਈ ਲੈ ਬੇਟਾ ਮੈਂ ਹੁਣੇ ਪਕਾਵਾਂ ਆਖੇ ਮਾਂ ਪਿਆਰੀ ਨਾ ਧੋ ਕੇ ਤੂੰ ਵਰਦੀ ਪਾ ਲੈ ਜਲਦੀ ਕਰ ਤਿਆਰੀ ਵੀ ਅੱਗੇ بڑے ਦਿਨ ਸਕੂਲ ਬੰਦ ਰਹਣ ਐ ਕਰੋਨਾ ਦੀ ਵਜ੍ਹਾ ਤੋਂ ਤੇ ਤੂੰ ਪੁੱਤਰ ਛੇਤੀ ਛੇਤੀ ਕਰ ਮਾਂ ਨੇ ਮਾਂ ਨੇ ਰੋਟੀ ਤਿਆਰ ਕਰ ਲਈ ਮਾਂ ਨੇ ਮਾਰੀ ਆਵਾਜ਼ ਪੁੱਤਰ ਨੂੰ ਰੋਟੀ ਖਾ ਲੈ ਆ ਕੇ ਲਿਖਣਾ ਪੜਨਾ ਹੋਵੇਗਾ ਪੁੱਤਰ ਫਿਰ ਤੈਨੂੰ ਸਕੂਲੇ ਜਾ ਕੇ ਰੁੱਖੀ ਰੋਟੀ ਫੜ ਕੇ ਹੱਥ ਵਿੱਚ ਲੜਕਾ ਆਖ ਸੁਣਾਵੇ ਸਾਲਣ ਬਾਜੂ ਰੋਟੀ ਅੰਮੀ ਕਿਵੇਂ ਖਾਦੀ ਜਾਵੇ ਮਾਂ ਨੇ ਆਖਿਆ ਮਰਤਬਾਣ ਵਿੱਚੋਂ ਲੈ ਲੈ ਅੰਬ ਅਚਾਰੀ ਲੜਕੇ ਆਖਿਆ ਉਹ ਆਚਾਰ ਤਾਂ ਮੈਂ ਨਹੀਂ ਖਾਂਦਾ ਲੜਕੇ ਅਰਜ਼ ਗੁਜ਼ਾਰੀ ਉਸ ਆਚਾਰੀ ਮਰਤਬਾਨ ਵਿੱਚ ਚੂਹਾ ਗਿਰਿਆ ਹੋਇਆ ਉਸ ਮਰਤਬਾਨ ਵਿੱਚ ਚੂਹਾ ਅੱਗੇ ਗਿਰਿਆ ਨਿਕਲਿਆ ਨਾ ਜਾਵੇ ਇਸ ਤੂੰ ਚਾਰ ਚਫੇਰੇ ਫਿਰਿਆ ਤੇਲ ਤੇ ਸਿਰਕੇ ਨਾਲ ਲਿਬੜ ਕੇ ਫਿਰ ਉਛਲਦਾ ਵਿੱਚ ਉਤਾਂ ਚੜੇ ਤੇ ਤੇਲ ਦੀ ਨਲਕਨ ਫਿਰ ਥੱਲੇ ਨੂੰ ਖਿੱਚੇ ਕੱਢਿਆ ਸੀ ਕਿ ਨਹੀਂ ਬੇਟਾ ਮਾਂ ਨੇ ਆਖ ਸੁਨਾਇਆ ਮਾਂ ਪਿਆਂ ਦੀ ਵੀ ਪੁੱਤਰ ਮੁਰਚੂ ਆ ਕੱਢਿਆ ਕਿ ਕੋਈ ਨਾ ਤੇ ਹੁਣ ਲੜਕਾ ਕੀ ਜਵਾਬ ਦਿੰਦਾ ਲੜਕਾ ਆਖੇ ਮੈਂ ਤਾਂ ਅੰਮੀ ਸਾਰਾ ਰਜ਼ੋਰ ਲੰਗਾਇਆ ਚੂਹਾ ਮੈਥੂ ਬਾਹਰ ਨਾ ਨਿਕਲੇ ਬਣੀ ਮੁਸੀਬਤ ਵੱਡੀ ਮੈਂ ਫੇਰ ਆਖਰ ਬਿੱਲੀ ਫੜ ਕੇ ਵਿੱਚੇ ਮਰਤਬਾਨ ਦੇ ਚਾ ਛੱਡੀ ਵਿੱਚੇ ਚੂਹਾ ਵਿੱਚੇ ਬਿੱਲੀ ਤੇ ਵਿੱਚੇ ਅੰਬ ਅਚਾਰੀ ਇਸ ਤਰ੍ਹਾਂ ਫਿਰ ਮੈਚਾ ਕੀਤਾ ਸੋਚ ਸਮਝ ਗੱਲ ਸਾਰੀ ਮਾਂ ਨੇ ਕਵਾ ਮੇਰੇ ਨੇਕ ਪੁੱਤਰਾ ਤੂੰ ਚੂਹਾ ਨਾ ਘੱਡੋ ਤੇ ਬਿੱਲੀ ਵਿੱਚੇ ਚੜੀ ਤੋ ਨਾ ਮਾਂ ਬਿੱਲੀ ਆਪੇ ਚੂਹੇ ਨੂੰ ਖਾ ਜਾਸੀ ਕਿਉਂਕਿ ਚੂਹਾ ਖਾ ਕੇ ਬਿੱਲੀ ਤੇ ਮੋੜਾ ਪਾ ਚਾਰ ਵਰਤ ਦੇ ਰਸ ਹੈ ਚੰਗਾ ਬੇਲੀਓ ਦੋਸਤੋ ਖੁਦਾ হাফਜ਼ ਇਨਸ਼ਾਅੱਲਾ ਜ਼ਿੰਦਗੀ ਰਹੀ ਤੇ ਫਿਰ ਇੱਕ ਨਵੀਂ ਵੀਡੀਓ ਲੈ ਕੇ ਤੁਹਾਡੀ ਖਿਦਮਤੇ ਚ ਹਾਜ਼ਰ ਹੋਵਾਂਗੇ ਉਸ ਵਕਤ ਤੱਕ ਰੱਬ ਰੱਖ